ਸਲੋਕ ਮਹਿਲਾ ਪੰਜਵਾਂ ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚਿਤ ਜਿਤ ਜਨ ਵਿਸਰੇ ਪਾਰ ਬ੍ਰਹਮ ਫਿਟ ਪਲੇਲੀ ਰੁੱਤ ਮਹਿਲਾ ਪੰਜਵਾਂ ਨਾਨਕ ਮਿਤਰਾਹੀ ਤਿਸ ਸਿਉ ਸਭ ਕਿਛੁ ਜਿਸ ਕੈ ਹਾਥ ਕਉ ਮਿਟੋ ਲਾ ਸੇ ਕੰਢੀਐ ਇਕ ਵਿਖਣ ਚਲੈ ਸਾਥ ਬਉੜੀ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹਿ ਨ ਕਾਈ ਸਗਲ ਮਨੋਰਥ ਪੁੰਨਿਆ ਅਮਰ ਆਪ ਬਦ ਪਾਈ ਤੁਧ ਗੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਬਾਣੀ ਦੀ ਵਿਚਾਰ ਕਰਦੇ ਆ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਇਹ ਗੱਲ ਸਮਝ ਵਿੱਚ ਆਉਂਦੀ ਹੈ ਕੀ ਗੁਰਬਾਣੀ ਕੋਈ ਮੰਤਰ ਨਹੀਂ ਹੈ ਗੁਰਬਾਣੀ ਤਾਂ ਜੀਵਨ ਜਾਚ ਹੈ ਜੀਵਨ ਜਾਚ ਦਾ ਮਤਲਬ ਹੈ ਜੀਵਨ ਜਿਉਣ ਦਾ ਤਰੀਕਾ ਵੇ ਆਫ ਲਾਈਫ ਕਿਸ ਤਰੀਕੇ ਨਾਲ ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕੀ ਗੁਰੂ ਮਹਾਰਾਜ ਦੇ ਦਿੱਤੇ ਹੋਏ ਉਪਦੇਸ਼ ਜੇ ਤੁਸੀਂ ਵਿਚਾਰ ਕੇ ਆਪਣੇ ਜੀਵਨ ਵਿੱਚ ਢਾਲ ਲਈ ਹੈ ਤੇ ਤੁਨ ਗੁਰੂ ਅਰਜਨ ਦੇਵ ਜੀ ਦਾ ਇਹ ਕਥਨ ਸਮਝ ਵਿੱਚ ਆ ਜਾਏ ਕਿ हे ਸੰਸਾਰ ਦੇ ਲੋਕੋ ਮੈਂ ਤੁਹਾਡੇ ਲਈ ਇੱਕ ਥਾਲ ਪੁਰਸ਼ ਆ ਇਸ ਥਾਲ ਵਿੱਚ ਮੈਂ ਉਹ ਚੀਜ਼ਾਂ ਪਾਈਆਂ ਨੇ ਜਿਨ੍ਹਾਂ ਚੀਜ਼ਾਂ ਨੂੰ ਵਰਤਨ ਦੇ ਨਾਲ ਖਾਣ ਦੇ ਨਾਲ ਪੁੰਚਣ ਦੇ ਨਾਲ ਤੁਹਾਡਾ ਜੀਵਨ ਸਫਲ ਹੋ ਸਕਦਾ। ਰੋਜ਼ ਅਸੀਂ ਪੜਦੇ ਹਾਂ ਮੁੰਡਾ ਮਣੀ ਮਹਿਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪੈਉ ਜਿਸ ਕਾ ਸਭ ਸੇ ਆਧਾਰੂ ਕਿਤਨੇ ਕ ਗੁਰ ਸਿੱਖ ਮਾਈ ਭਾਈ ਹਨ ਜਿਹੜੇ ਇਸ ਸ਼ਬਦ ਦਾ ਅਰਥ ਜਾਣਦੇ ਵਿਚਾਰਦੇ ਜਾਂ ਸਮਝਦੇ ਅਖਾਏ ਗੁਰੂ ਗ੍ਰੰਥ ਸਾਹਿਬ ਇਹ ਤੁਹਾਡੇ ਲਈ ਇੱਕ ਥਾਲ ਤਿਆਰ ਕੀਤਾ ਹੈ। ਇਹਦੇ ਵਿੱਚ ਤਿੰਨ ਵਸਤੂ ਪਾਈਆਂ। ਇੱਕ ਹੈ ਸਤ ਸੰਤੋਖ। ਇੱਕ ਹੈ ਵਿਚਾਰ ਅੰਮ੍ਰਿਤ ਨਾਮ ਠਾਕੁਰ ਦਾ। ਇਹ ਤਿੰਨ ਚੀਜ਼ਾਂ ਹਨ। ਜੇ ਕੋ ਖਾਵੇ ਜੇ ਕੋ ਭੁੰਚੇ ਇਸ ਕਾ ਹੋਏ ਉਧਾਰ ਨੂੰ ਨਾਲ ਗਰੰਟੀ ਵੀ ਦੇ ਦਿੱਤੀ ਜਿਹੜਾ ਇਹਨਾਂ ਵਸਤੂਆਂ ਨੂੰ ਖਾਏਗਾ ਪਚਾਏਗਾ ਆਪਣੇ ਜੀਵਨ ਵਿੱਚ ਕਮਾਏਗਾ ਉਸ ਦਾ ਲਾਜ਼ਮੀ ਤੌਰ ਤੇ ਉਧਾਰ ਹੋ ਜਾਏ। ਨਾਨਕੁਰ ਸਿੱਖ ਸੰ ਜਿਹੜੇ ਗੁਰਬਾਣੀ ਦੀ ਵਿਚਾਰ ਕਰਕੇ ਜੀਵਨ ਤਾਲ ਦੇਸੇ ਪਰ ਅੱਜ ਤੇ ਦੇਖਣ ਵਿੱਚ ਆਉਂਦਾ ਕੀ ਸਾਡੇ ਕੌਮੀ ਲੀਡਰ ਕੀ ਸਾਡੇ ਧਰਮ ਅਸਥਾਨਾਂ ਦੇ ਪੁਜਾਰੀ ਪ੍ਰਚਾਰਕ ਮੇਰੇ ਸਮੇਤ ਐਸਾ ਪ੍ਰਤੀਤ ਹੁੰਦਾ ਹੈ ਕਿ ਅਸੀਂ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਨਹੀਂ ਟਾਲ ਸਕਦੇ ਆਠ ਬੜੇ ਹੋ ਰਹੇ ਨੇ ਸਮਾਗਮ ਬੜੇ ਹੋ ਰਹੇ ਪਰ ਬਾਣੀ ਦੀ ਵਿਚਾਰ ਤੋਂ ਵੀ ਹੋਣੇ ਅਸੀਂ ਹਨੇਰੇ ਵਿੱਚ ਟੱਕਰਾਂ ਮਾਰ ਰਹੇ ਜਿਹੜਾ ਸ਼ਲੋਕ ਦਾਸ ਨੇ ਪੜਿਆ ਪੰਕਤੀਆਂ ਦੋ ਹਨ ਪਰ ਕਿੰਨੀ ਵੱਡੀ ਸਿੱਖਿਆ ਕਿਉਂਕਿ ਸਾਡੇ ਉੱਤੇ ਬਹੁਤ ਲੰਮੇ ਸਮੇ ਤੋਂ ब्राह्मणਾਂ ਦਾ ਪ੍ਰਚਾਰ ਤੇ ਪ੍ਰਭਾਵ ਰਿਹਾ ਉਹਨਾਂ ਨੇ ਸਾਨੂੰ ਛਿੱਤਾਂ ਵਾਰਾਂ ਰੁੱਤਾਂ ਇਤਨੇ ਵਹਿਮ ਭਰਮ ਬਾਅਦ ਦਿੱਤੇ ਹਨ ਕਿ ਉਹ ਨਿਕਲਦੇ ਹੀ ਨਹੀਂ ਕਿਸੇ ਨੂੰ ਸ਼ਗਨ ਅਪਸ਼ਗਨ ਤੇ ਲਾਇਆ ਕਿਸੇ ਨੂੰ ਵੀਰਵਾਰ ਤੇ ਮੰਗਲਵਾਰ ਤੋਂ ਡਲਾਇਆ ਕਿਸੇ ਨੂੰ ਮਸੀਹਾ ਤੇ ਪੂਰਨ ਮਾਸ਼ੀ ਨਾਲ ਜੋੜੇ ਉਹ ਸੰਸਕਾਰ ਐਸੇ ਸਾਡੇ ਅੰਦਰ ਪਏ ਨੇ ਕਿ ਉਹਨਾਂ ਨੂੰ ਅਸੀਂ ਛੱਡ ਨਹੀਂ ਸਕਦੇ ਅੱਜ ਵੀ ਅਸੀਂ ਲੈਹnde ਤੇ ਚੜ੍ਹਦੇ ਦੀ ਗੱਲ ਕਰਦੇ ਕਿਉਂਕਿ ਇਸ ਡਿਊਟੀ ਨੂੰ ਸੇਵਾ ਨੂੰ ਨਿਭਾਉਂਦਿਆਂ ਕਈ ਘਟਨਾਵਾਂ ਹੋਈਆਂ ਆ ਤੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਬਾਬਾ ਜੀ ਅਰਦਾਸ ਕਰੋ ਸਾਡਾ ਮਹੀਨਾ ਸੁਖnablaਤੀ ਤੋਂ ਬਾਬਾ ਜੀ ਸਾਡੇ ਲਈ ਅਰਦਾਸ ਕਰੋ ਸਾਡਾ ਦਿਨ ਸੁਖnablaਤੀ ਤੋਂ ਮਤਲਬ ਕਹਿਣ ਤੋਂ ਕਿ ਲੋਕ ਉਹਨਾਂ ਭਰਮਾਂ ਤੋਂ ਛੁੱਟ ਨਹੀਂ ਸਕਦੇ ਇਸੇ ਲਈ ਸ਼ਗਨਾ ਅਪਸ਼ਗਨਾ ਵਿੱਚ ਲਗਣਾ ਤੇ ਵਾਰਾਂ ਤੇ ਛੇਟਾਂ ਵਿੱਚ ਫਸੇ ਹੋਏ ਔਰ ਗੁਰ ਬਾਣੀ ਕੁਝ ਹੋਰ ਕਹਿ ਰਹੀ ਗੁਰੂ ਅਰਜੁਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਪਿਆਰਿਓ ਸਾਹ ਗਣੇ ਨ ਕਰੇ ਵਿਚਾਰ ਸਾਹੇ ਉਪਰ ਏਕ ਅੰਕਾਰ ਛਿੱਤੀ ਵਾਰ ਸੇਵੇਂ ਮੁਕਤ ਗਵਾਰ ਜਿਹੜੇ ਇਹਨਾਂ ਪਰਮਾ ਵਿੱਚ ਪਏ ਹੋਏ ਨੇ ਉਹ ਮੂਰਖ ਨੇ ਉਹ ਗਵਾਰ ਮਾੜਾਏ ਫੇ ਤੁਸੀਂ ਆਪਣਾ ਮਤ ਦੱਸੋ ਲਓ ਇੱਕ ਪੰਗਤੀ ਵਿੱਚ ਹੀ ਨਵੇੜ ਦਿੱਤਾ ਨਾਨਕ ਸੋਈ ਦਿਨ ਸੁਸੋਹਾਵੜਾ ਜਿਤ ਪ੍ਰਭ ਆਵੇ ਚਿਤ ਇਹਦੇ ਅਰਥ ਕਰੋ ਕੋਈ ਔਖੇ ਨਹੀਂ ਤੁਸੀਂ ਆਪ ਵਿਚਾਰੋ ਨਾਨਕ ਜੀ ਫਰਮਾਉਂਦੇ ਹਨ ਸੋਈ ਦਿਨ ਸੁਸੁਹਾਵਣਾ ਉਹ ਦਿਨ ਸੁਣਾ ਹੈ ਉਹ ਦਿਨ ਸੁਖਦਾਈ ਹੈ ਕਿਹੜਾ ਦਿਨ ਜਿਤ ਪ੍ਰਭ ਆਵੇ ਚਿਤ ਚਿਤ ਦੇ ਤਤੇ ਨੂੰ ਸਿਆਰੀ ਹੈ ਚਿਤ ਵਿੱਚ ਯਾਦ ਆਵੇ ਵਾਹਿਗੁਰੂ ਦਾ ਸਿਮਰਨ ਹੋਵੇ ਉਹ ਦਿਨ ਸੁਹਾਵਣਾ ਹੁਣ ਅਸੀਂ ਗੁਰੂ ਦੀ ਇਸ ਗੱਲ ਨੂੰ ਸੁਣ ਕੇ ਕਿੰਨਾ ਕਪਨਾਏ ਅਸੀਂ ਤੇ ਹੁਣ ਵੀ ਕਿਸੇ ਨਾ ਕਿਸੇ ਰੂਪ ਵਿੱਚ ਸ਼ੁਭ ਦਿਨ ਨੂੰ ਚਣੋ ਜੀ ਚੰਗਾ ਦਿਨ ਚਣੋ ਜੀ ਗੁਰੂ ਜੀ ਕੀ ਕਹਿ ਰਹੇ ਗੁਰੂ ਪਾਤਸ਼ਾਹ ਨੇ ਤੇ ਬੜੀ ਕਿਰਪਾ ਕੀਤੀ ਉਹਨਾਂ ਨੇ ਤੇ ਕਿਹਾ ਵੀ ਸਾਹਾ ਗਿਣੇ ਨਾ ਕਰੇ ਵਿਚਾਰ साहे उंकार शगन अप शगन तिसको लगे जिस चीत ना आवे पर अस पास किन्ना क तुरे तो अज भी ब्याह शादिया कोई काम करना हो शुभ दिन देखो जी महाराज की कह रहे ना? नानक ਸੋਈ ਜਨ ਸੁਸਹਾਵੜਾ ਜਿਤ ਪ੍ਰਭ ਆਵੇ ਚਿਤ ਇਹਦੀ ਹੁਣ ਵਿਆਖਿਆ ਵਿਚਾਰ ਕੀਤੇ ਆ ਕਿਤਨਾ ਸਮਝ ਆਏ ਗੁਰੂ ਪਾਤਸ਼ਾਹ ਗਰੰਟੀ ਦੇ ਰਹੇ ਨੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਾ ਸੱਚ ਖਰੇ ਸਰਬ ਸੁਖਾਂ ਨਿਦ ਚਰਨ ਹਰ ਭਵਜਲ ਵਿਖਮ ਧਰੇ ਪ੍ਰੇਮ ਭਗਤ ਤਨ ਪਈਆ ਵਿਖਿਆ ਨਾਹੀਂ ਜਰੇ ਕੂੜ ਗਏ ਦੁਬਦ ਨਸੀ ਪੂਰਨ ਸੱਚ ਭਰੇ ਪਰਮ ਬ੍ਰਹਮ ਪ੍ਰਭ ਸੇਮੰਦੇ ਮਨ ਅੰਦਰ ਇੱਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੀ ਜੋ ਮੇਰੇ ਗੁਰੂ ਨੇ ਕਿਹਾ ਮੈਂ ਉਹ ਹੀ ਸੁਣਾ ਰਿਹਾ ਗੁਰੂ ਪਾਤਸ਼ਾਹ ਨੇ ਕਿਹਾ ਉਹਨਾਂ ਲਈ ਹਰ ਮਹੀਨਾ ਹਰ ਦਿਨ ਹਰ ਮਹੂਰਤ ਭਲਾ ਜਿਹੜੇ ਉਸ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣ ਜਾਣ ਤੇ ਕਿਰਪਾ ਦੀ ਸ਼ੀਰੇ ਪਾਤਰ ਹੋਣ ਦਾ ਤਰੀਕਾ ਵੀ ਦੱਸ ਦਿੱਤਾ। ਨਾਨਕ ਸੋਈ ਦਿਨ ਸੁਸਹਾਵੜਾ ਜਿੱਤ ਪ੍ਰਭ ਆਵੇ ਚਿੱਤ। ਐਸੇ ਵੀ ਗੁਰੂ ਦਾ ਹੁਕਮ ਹੈ। ਬਈ ਕਾਰਜ ਤੇ ਅਸੀਂ ਕਰਨੇ ਹਨ। ਬੱਚਿਆਂ ਦੇ ਵਿਆਹ ਸ਼ਾਦੀਆਂ ਵੀ ਕਰਨੀਆਂ ਨੇ। ਬੱਚਿਆਂ ਨੂੰ ਸਕੂਲ ਵਿੱਚ ਦਾਖਲ ਵੀ ਕਰਾਉਣਾ ਹੈ। ਬੱਚਿਆਂ ਨੂੰ ਦੇਸ਼ ਵਿਦੇਸ਼ ਵੀ ਭੇਜਣਾ ਪਰ ਕੀ ਕਰਨਾ ਕੀਤਾ ਲੋੜੀਏ ਕੰਮ ਸੋਹਰ ਪੈ ਅੱਖੀਏ ਕਾਰਜ ਦੇ ਸਵਾਰ ਸਤਿਗੁਰੂ ਸੱਚ ਸਾਖੀਏ ਅਖਿਆ ਜਿਹੜਾ ਕੰਮ ਕਰਨਾ ਚਾਹੋ ਉਸ ਪਰਮਾਤਮਾ ਕੇ ਅਰਦਾਸ ਕੋ ਮੈਂ ਆਪਣੇ ਜੀਵਨ ਵਿੱਚ ਪਤਾ ਨਹੀਂ ਹਜ਼ਾਰਾਂ ਅਨੰਦ ਕਾਰਜ ਕਰਾਇਓ ਕਿਉਂਕਿ ਸਿੱਖ ਧਰਮ ਵਿੱਚ ਕੋਈ ਮੰਗਲਿਕ ਕੋਈ ਇਸਤਾਂ ਦਾ ਭਰਮ ਹੈ ਨਹੀਂ ਪਰ ਜਿਹੜੇ ਅੱਜ ਵੀ ਫਸੇ ਹੋਏ ਨੇ ਜਿਨ੍ਹਾਂ ਨੂੰ ਭਰਮ ਪਏ ਨੇ ਜਾਂ ਪਾ ਦਿੱਤੇ ਗਏ ਨੇ ਉਹ ਜੀ ਮੁੰਡਾ ਮੰਗਲਿਕ ਹੈ ਕੁੜੀ ਮੰਗਲੀ ਗੁਰੂ ਪਾਤਸ਼ਾਹ ਕੁਝ ਹੋਰ ਕਹਿ ਰਹੇ ਨੇ ਅਸੀਂ ਕੁਝ ਹੋਰ ਕਰ ਰਹੇ ਮੈਂ ਤੇ ਨਹੀਂ ਦੇਖਿਆ ਹਜ਼ਾਰਾਂ ਆਨੰਦ ਘਰਾਂ ਵਿੱਚੋਂ ਕਿਸੇ ਦੇ ਜੀਵਨ ਵਿੱਚ ਕੋਈ ਐਸੀ ਗੱਲ ਆਈ ਹੋਵੇ ਵੀ ਇਹ ਮੰਗਲਿਕ ਹੈ ਗੁਰੂ ਸਾਹਿਬ ਕਹਿ ਰਹੇ ਨੇ ਨਾਨਕ ਸੋਈ ਜਨਸ ਸੁਹਾਵਣਾ ਜਿਤ ਪ੍ਰਭ ਆਵੈ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇ ਰਿਤ ਜਿਤ ਦਿਨ ਜਿਸ ਦਿਨ ਵਿੱਚ ਪਰਮਾਤਮਾ ਭੁੱਲ ਜਾਏ। ਪਾਰ ਬ੍ਰह्म ਭੁੱਲ ਜਾਏ। ਉਹ ਰਤ ਭਾਵੇਂ ਕਿੰਨੀ ਚੰਗੀ ਤੇ ਸੁਖਦਾਈ ਕਿਉਂ ਨਾ ਹੋਵੇ। ਉਹ ਵੀ ਫਟਕਾਰ ਯੋਗ ਹੈ। ਉਹ ਰਤ ਵੀ ਚੰਗੀ ਨਹੀਂ ਜੇ ਪਰਮਾਤਮਾ ਦਾ ਨਾਮ ਭੁੱਲ ਜਾਏ। ਸਾਡੇ ਤੇ ਸਤਿਗੁਰੂ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਜੁਗ ਹੋਤਾ। ਕਲਯੁਗ ਆਉਂਦਾ ਹੀ ਉਦੋਂ ਹੈ ਜਦੋਂ ਪਰਮਾਤਮਾ ਦਾ ਨਾਮ ਭੁੱਲ ਜਾ ਹੁਣ ਇਹ ਸ਼ਲੋਕ ਕੋਈ ਲੰਬਾ ਚੌੜਾ ਨਹੀਂ ਜੇ ਹਰ ਗੁਰੂ ਦਾ ਸਿੱਖ ਆਪਣੇ ਘਰ ਦੇ ਡਰਿੰਕ ਰੂਮ ਵਿੱਚ ਆਪਣੀ ਰਸੋਈ ਵਿੱਚ ਆਪਣੇ ਵਿਸਰਾਮ ਕਰਨ ਵਾਲੇ ਕਮਰੇ ਵਿੱਚ ਲਿਖ ਕੇ ਲਾ ਲਵੇ ਤੇ ਇਹਨੂੰ ਪੜੇ ਇਨੂੰ ਯਾਦ ਕਰ ਲੈ ਕਿ ਗੁਰੂ ਨੇ ਕੀ ਆਖਿਆ ਨਾਨਕ ਸੋਈ ਦਿਨ ਸੁਸੁਹਾਵਣਾ ਜਿਤ ਪ੍ਰਭ ਆਵੇ ਜਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਪਲੇਰੀ ਰੁੱਤ ਜਿਸ ਰੁੱਤ ਵਿੱਚ ਪਰਮਾਤਮਾ ਭੁੱਲ ਜਾਏ ਜਿਸ ਦਿਨ ਵਿੱਚ ਪਰਮਾਤਮਾ ਭੁੱਲ ਜਾਏ ਨਾਉ ਜਨ ਚੰਗਾ ਹੈ ਨਾ ਰੁੱਤ ਚੰਗੀ ਮਹਿਲਾ ਪੰਜਵਾਂ ਨਾਨਕ ਮਿਤ్రਾਈ ਤਿਸ ਸਿਉ ਸਭ ਕਿਛੁ ਜਿਸ ਕੈ ਹਾਥ ਨਾਨਕ ਜੀ ਫਰਮਾਉਂਦੇ ਹਨ ਮਿਤ్రਾਈ ਤਿਸ ਮਤਰ ਤੋਂ ਮਿਤ్రਾਈ ਬਣਿਆ ਮਿਤਲਾਈ ਦਾ ਬੰਦਾ ਮਤਰ ਤੋਂ ਦੋਸਤੀ ਉਹਦੇ ਨਾਲ ਦੋਸਤੀ ਕਰਨੀ ਕਰੀਏ ਸਭ ਕੁਝ ਜਿਸ ਦੇ ਹੱਥ ਹੱਥ ਦੇ ਥੱਥੇ ਨੂੰ ਸਿਆਰੀ ਹੈ ਜਿਹਦੇ ਹੱਥ ਵਿੱਚ ਸਭ ਕੁਝ ਵਿਚਾਰਨ ਦੀ ਲੋੜ ਹੈ ਕਿਸੇ ਬੰਦੇ ਦੇ ਹੱਥ ਵਿੱਚ ਸਭ ਕੁਝ ਹੈ ਉਸ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦੇ ਹੱਥ ਵਿੱਚ ਕੁਝ ਹੈ ਗੁਰੂ ਅਰਜੁਨ ਦੇ ਪਾਤਸ਼ਾਹ ਤੇ ਫਰਮਾਉਂਦੇ ਨੇ ਪਰ ਅਬ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਅਖਲ ਦੁਨੀਆ ਦੇ ਲੋਕ ਤੁਸੀਂ ਵੀ ਆਪਣੇ ਮਿੱਤਰ ਬਣਾਉਂਦੇ ਹੋ ਔਰ ਕਈ ਵਾਰੀ ਤੁਸੀਂ ਮਿੱਤਰਾਂ ਤੋਂ ਫਿਰ ਨਿਰਾਸ਼ ਵੀ ਹੁੰਦੇ ਮੈਂ ਤੇ ਸਮਝਿਆ ਸੀ ਇਹ ਬੜਾ ਮਰਾ ਮਿੱਤਰ ਹੈ ਇਹ ਬਿਲਕੁਲ ਕੋਰਾ ਨਿਕਲਿਆ ਜਵਾਬ ਦੇ ਗਿਆ ਮੇਰੇ ਕੰਮ ਨਹੀਂ ਆਇਆ ਉਹਦੇ ਵੱਸ ਵਿੱਚ ਹੀ ਕੁਝ ਨਹੀਂ ਪਿਆਰਿਓ ਪਰਮਾਤਮਾ ਦੇ ਵੱਸ ਵਿੱਚ ਸਭ ਕੁਝ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ ਨੇ ਮੈਂ ਤੇ ਸਭ ਦੀ ਮਿੱਤਰਤਾ ਛੱਡ ਕੇ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਉਕੀ ਘੜੀ ਨਾ ਦੇਖਣ ਦੇਈ ਆਪਣਾ ਮਿਰਦ ਸੰਭਾਲੇ ਹੱਥ ਦੇ ਲੱਖ ਆਪਣੇ ਕੋ ਸਾਸ-ਸਾਸ ਪਤ ਪਾਲੇ ਗੱਲ ਕੀ ਗੁਰੂ ਮਹਾਰਾਜ ਨੇ ਸਾਨੂੰ ਮਾਰਗਦਰਸ਼ਨ ਕੀਤਾ ਭਾਈ ਉਹਦੇ ਨਾਲ ਮਿੱਤਰਤਾ ਪਾਓ ਜਿਸਦੇ ਹੱਥ ਵਿੱਚ ਸਭ ਕੁਝ ਅੰਦਰ ਵਿੱਚ ਦਾਤਾ ਉਹਨਾਂ ਮੰਗੀ ਹੈ ਫਿਰ ਮੰਗਣ ਜਾਈਏ ਹੋਛਾ ਸ਼ਾਨਾ ਕੀਤੀ ਜਦ ਪਛਤਾਈ ਇਹੋ ਜੇ ਦਾਤੇ ਕੋਲੋਂ ਕੀ ਮੰਗਣਾ ਜੇ ਫੇਰ ਹੋਰ ਤਾਂ ਮੰਗਣ ਜਾਣਾ ਪਵੇ ਇਹੋ ਜੇ ਸ਼ਾ ਨੂੰ ਕੀ ਕਰਨਾ ਜੇ ਫੇਰ ਵੀ ਪਛਤਾਉਣਾ ਪਵੇ ਤੋਂ ਇਸ ਤੋਂ ਸਾਨੂੰ ਗੁਰਬਾਣੀ ਵਿੱਚੋਂ ਸਿੱਖਿਆ ਮਿਲੀ ਮਿੱਤਰਤਾ ਤੇ ਕਰੋ ਪਰ ਉਹਦੇ ਨਾਲ ਮਿੱਤਰਤਾ ਕਰੋ ਜਿਹਦੇ ਹੱਥ ਵਿੱਚ ਸਭ ਕੁਝ ਗੁਰੂ ਅਰਜੁਨ ਦੇ ਪਾਤਸ਼ਾਹ ਦੀ ਬਾਣੀ ਪੜ੍ਹਦਿਆਂ ਜਦੋਂ ਮੈਂ 410 ਅੰਗ ਤੇ ਆ ਸਾਬਰੀ ਮਹਲਾ 5ਵਾਂ ਪੜ੍ਹਿਆ ਆਹਾ ਅश्चਰਜ ਮੇਰੇ ਪਾਤਸ਼ਾਹ ਨੇ ਫਰਮਾਇਆ ਕਰਨ ਕਰਨ ਤੂੰ ਹਾਂ ਅਵਰਨ ਸੂਜੈ ਮੂਹ ਹਾਂ ਕਰੈ ਸੋ ਹੋਇਐ ਹਾਂ ਸਹਿਜ ਸੁਖ ਸੋਇਐ ਹਾਂ ਜਦੋਂ ਤੋਂ ਮੈਨੂੰ ਇਹ ਪਤਾ ਲੱਗਿਆ ਗੁਰੂ ਕਿਰਪਾ ਨਾਲ ਕਿ ਸਾਰੇ ਕਾਰਨਾਂ ਦੇ ਕਰਨ ਵਾਲਾ ਤੇ ਤੂੰ ਐ ਤੇਰੇ ਤੋਂ ਬਿਨਾ ਤੇ ਹੋਰ ਕੋਈ ਹੈ ਨਹੀਂ ਤੇਰੇ ਕੀਤਿਆਂ ਸਭ ਕੁਝ ਹੋਣਾ ਮੈਂ ਤਾਂ ਹੁਣ ਬੇਫਿਕਰ ਨਾਨਕ ਮਿਤrai ਤਿਸ ਸਿਉ ਭਾਈ ਉਹਦੇ ਨਾਲ ਮਿੱਤਰਤਾ ਕਰੀ ਸਭ ਕਿਛ ਜਿਸ ਕੈ ਹੱਥ ਜਿਹਦੇ ਹੱਥ ਵਿੱਚ ਸਭ ਕੁਝ ਕੁਮਿੱਤਰ ਸਹੀ ਕਾਂਡੀਆਂ ਇੱਕ ਵਿਖ ਨਾ ਚੱਲਣ ਸਾਥ ਹੁਣ ਜਿਹੜੇ ਵੀਰ ਕਹਿੰਦੇ ਨੇ ਜੀ ਬਿੰਦਾ ਕਿਉਂ ਲਾਇਆ ਹੁਣ ਇਹਨੂੰ ਸਮਝ ਲੈ ਅਖਰ ਗੁਰਬਾਣੀ ਵਿੱਚ ਕਾਡੀਆਂ ਵੀ ਹੈ ਤੇ ਕਾਂਡੀਆਂ ਵੀ ਹੈ ਕਾਡੀਆਂ ਦਾ ਮਤਲਬ ਹੈ ਕੱਢੇ ਜਾਣਾ ਤੇ ਕਾਂਡੀਆਂ ਦਾ ਮਤਲਬ ਕਹਿ ਜਾਣਾ ਬਾਦਸ਼ਾਹ ਕਹਿੰਦੇ ਨੇ ਉਹ ਕੁਮਿੱਤਰ ਹਨ ਜਿਹੜਾ ਮਿੱਤਰ ਤਾਂ ਨਾ ਨਿਭਾ ਸਕੇ ਜਿਹੜਾ ਮਿੱਤਰਤਾ ਵਿੱਚ ਪੂਰਾ ਨਾ ਉਤਰੇ ਉਹਨੂੰ ਕਮਿੱਤਰ ਕਹਿੰਦੇ ਨੂੰ ਕਮਿੱਤਰਾਂ ਸਹੀ ਕਾਂਡੀਆਂ ਇੱਕ ਵਿਖ ਨਾ ਚੱਲਣੇ ਸਾਥ ਜਿਹੜੇ ਇੱਕ ਕਦਮ ਵੀ ਨਹੀਂ ਤੁਰ ਸਕਦੇ जरा ਧਿਆਨ ਮਾਰੋ ਬੰਦੇ ਨੇ ਤਿੰਨ ਮਿੱਤਰ ਬਣਾਏ ਨੇ ਸਭ ਤੋਂ ਪਹਿਲਾ ਮਿੱਤਰ ਇਹ ਸਨੇਹ ਆਪਣੇ ਤਨ ਨੂੰ ਦਰਉਤ ਨੂੰ ਸਮਝਿਆ ਦੂਜੇ ਨੰਬਰ ਤੇ ਆਪਣੇ ਮਿੱਤਰ ਰਿਸ਼ਤੇਦਾਰਾਂ ਨੂੰ ਸਮਝਿਆ ਤੇ ਤੀਜੇ ਮਿੱਤਰ ਹਨ ਇਸਤੇ ਕੀਤੇ ਹੋਏ ਕਰਮ ਕਰਮ ਦੋ ਤਰ੍ਹਾਂ ਦੇ ਨੇ ਚੰਗੇ ਵੀ ਹਨ ਤੇ ਮਾੜੇ ਵੀ ਕਹਿੰਦੇ ਨੇ ਕਿਸੇ ਮਨੁੱਖ ਨੂੰ ਕਚਹਿਰੀ ਵਿੱਚੋਂ ਸਾਹਮਣ ਆਏ ਕੱਲ ਤੂੰ ਪੇਸ਼ ਹੋਣਾ ਕਚਹਿਰੀ ਦਾ ਨਾਮ ਸੁਣ ਕੇ ਡਰ ਗਿਆ ਕਦੇ ਗਿਆ ਨਹੀਂ ਸੀ ਕਚਹਿਰੀ ਆਪਣੇ ਪਹਿਲੇ ਮਿੱਤਰ ਕੋਲ ਗਿਆ ਜਿਹਦੇ ਨਾਲ ਬਹੁਤ ਜਿਆਦਾ ਪਿਆਰ ਕਰਦਾ ਸੀ ਪਾਵ ਆਪਣੀ ਧਨ ਦੌਲਤ ਨੂੰ ਪੁੱਛਿਆ ਤੁਸੀਂ ਮੇਰੇ ਨਾਲ ਚਲੋਗੇ ਕਚਹਿਰੀ ਆਹ ਦੇ ਨਾ ਮੈਂ ਤੇ ਕਦਮ ਵੀ ਤੇਰੇ ਨਾਲ ਨਹੀਂ ਤੁਰ ਸਕਦਾ ਜੇ ਬੈਂਕ ਵਿੱਚ ਪਈ ਹੈ ਮਾਇਆ ਤੇ ਬੈਂਕ ਵਿੱਚ ਪਈ ਹੈ ਜੇ ਸੰਦੂਕ ਵਿੱਚ ਪਈ ਹੈ ਸੰਦੂਕ ਵਿੱਚ ਪਈ ਹੈ ਜੇ ਧਰਤੀ 'ਚ ਦੱਬੀ ਧਰਤੀ ਪਈ ਹੈ ਇਹ ਨਹੀਂ ਨਾਲ ਤੁਰਦੀ ਕਿਸੇ ਪੇਸ਼ਕਿਰਦਾਰਾਂ ਨੂੰ ਪੁੱਛਿਆ ਬਈ ਮੈਂ ਤੁਹਾਡੇ ਵਾਸਤੇ ਬੜੇ ਕੰਮ ਕੀਤੇ ਨੇ ਤੁਸੀਂ ਕਹਿੰਦੇ ਹਾਂ ਅਸੀਂ ਚੱਲਾਂਗੇ ਪਰ ਕਚਹਿਰੀ ਦੇ ਦਰਵਾਜ਼ੇ ਤੱਕ ਚੱਲਾਂਗੇ ਅੰਦਰ ਨਹੀਂ ਜਾ ਸਕਦਾ ਭਾਵ ਤੇਰੇ ਮਰਤਕ ਸਰੀਰ ਨੂੰ ਅੰਤਮ ਸੰਸਕਾਰ ਲਈ ਸ਼ਮਸ਼ਾਨ ਘਾਟ ਤੱਕ ਤੇ ਲੈ ਚਲਾਂਗੇ ਅੱਗੇ ਨਹੀਂ ਜਾ ਸਕਦਾ ਈਜਾ ਮਿੱਤਰ ਹੈ ਬੰਦੇ ਦੇ ਜੋ ਅਮਲ ਹਨ ਉਹਨਾਂ ਕਹ ਭਈ ਮਿੱਤਰਾ ਸਾਡੇ ਵੱਲ ਧਿਆਨ ਤੇ ਤੂੰ ਘਟ ਹੀ ਦਿੱਤਾ ਪਰ ਚੱਲਾਂਗੇ ਤੇਰੇ ਨਾਲ ਅਸੀਂ ਤੇਰੇ ਨਾਲ ਨਿਭਾਂਗੇ ਮੇਰਾ ਕਹਿਣ ਦਾ ਮਤਲਬ ਗੁਰਬਾਣੀ ਇਹ ਸਾਨੂੰ ਸਮਝਾ ਰਹੀ ਮਿੱਤਰ ਤੇ ਬਣਾਓ ਪਰ ਉਹਨਾਂ ਨੂੰ ਬਣਾਓ ਜਿਹੜੇ ਸਾਡੇ ਨਾਲ ਨਿਭ ਸਕਣ ਉਸ ਵਾਹਿ ਪਰਮੇਸ਼ਰ ਤੋਂ ਸਵਾਹਿ ਚੰਗੇ ਕੰਮਾਂ ਤੋਂ ਹੋਰ ਕੋਈ ਨਹੀਂ ਹੈ ਨਾਨਕ ਮਿੱਤਰਾਈ ਤੇ ਸੁਸਿਓ ਸਭ ਕਿਛ ਜਿਸ ਕੈ ਹਾਥ ਕੋ ਮਿੱਤਰ ਸਹੀ ਕਾਂਡੀਆਂ ਇੱਕ ਵਿਖਣ ਚੱਲੈ ਸਾਥ ਪੌੜੀ ਅੰਮ੍ਰਿਤ ਨਾਮ ਨੇ ਦਾਹਣਾ ਹੈ ਮਿਲ ਪੀਵੋ ਭਾਈ ਤਾਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਿਆਰਿਓ ਉਹ ਮੇਰੇ ਭラਵੋ ਮਿੱਤਰੋ ਸਤਸੰਗਿਓ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਪਰਮਾਤਮਾ ਦਾ ਨਾਮ ਅੰਮ੍ਰਿਤ ਨਿਧਾਨ ਖਜ਼ਾਨਾ ਹੈ ਇਹਦੇ ਵਿੱਚੋਂ ਜੋ ਮੰਗੋ ਮਿਲੇ ਤੋ ਮਿਲ ਪੀਵੋ ਭਾਈ ਕਤਰਤ ਹੋ ਕੇ ਸਤਸੰਗਤ ਵਿੱਚ ਇਹਨੂੰ ਪੀਣਾ ਕਰੋ ਜਿਸ ਸਿਮਰਤ ਸੁਖ ਪਾਈ ਹੈ ਸਭ ਤਿਖਾ ਬੁਝਾਈ ਜਿਸ ਤੇ ਯਾਦ ਕਰਨ ਦੇ ਨਾ ਸੱਚੇ ਤੇ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਸਭ ਤਿਖਾ ਬੁਝਾਈ ਹਰ ਤਰ੍ਹਾਂ ਦੀ ਤ੍ਰਿਸ਼ਨਾ ਬੁਝ ਜਾਏ ਕਰਿ ਸੇਵਾ ਪਾਰ ਬ੍ਰਹਮ ਗੁਰ ਭੁਖ ਰਹਿਨ ਕਾਈ ਪਾਰ ਬ੍ਰਹਮ ਗੁਰ ਗੁਰ ਤੇ ਪਾਰ ਬ੍ਰਹਮ ਇਹ ਦੋਵੇਂ ਇੱਕ ਹੀ ਰੂਪ ਹੈ ਬਾਬਾ ਗੁਰੂ ਦੇ ਆਖੇ ਲੱਗ ਕੇ ਪਰਮਾਤਮਾ ਦਾ ਸਿਮਰਨ ਕਰੋ ਇਹ ਵੀ ਪਰਮਾਤਮਾ ਦੀ ਸੇਵਾ ਹੈ ਇਹ ਵੀ ਗੁਰੂ ਦੀ ਸੇਵਾ ਕਰ ਸੇਵਾ ਪਰਮ ਬ੍ਰह्म ਗੁਰ ਭੋਖ ਰਹੇ ਨ ਕਾਈ ਕੋਈ ਇੱਛਾ ਬਾਕੀ ਨਹੀਂ ਰਹੇ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਮਨੋਰਥ ਦਾ ਮਤਲਬ ਮਨ ਦੀਆਂ ਸਭ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ ਪੁੰਨਿਆ ਦਾ ਮਤਲਬ ਪੂਰੀਆਂ ਔਰ ਅਮਰ ਅਪਦ ਪਾਈ ਉਸ ਪਦਵੀ ਨੂੰ ਪ੍ਰਾਪਤ ਕਰ ਲੋਗੇ ਜਿੱਥੋਂ ਫਿਰ ਕਦੇ ਮਰਨਾ ਹੀ ਨਹੀਂ ਪਵੇ ਪਾਵ ਜੰਮਣ ਮਰਨ ਤੋਂ ਰਹਿਤ ਹੋ ਜਾਓ ਅਖੀਰ ਵਿੱਚ ਮਹਾਰਾਜ ਕਹਿੰਦੇ ਤੁਧ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਨਾਈ ਏ ਵਾਹਿਗੁਰੂ ਮੈਨੂੰ ਗੁਰੂ ਦੀ ਕਿਰਪਾ ਨਾਲ ਸਮਝ ਆ ਗਈ ਤੁਧ ਜੇਵੜ ਤੂੰ ਹੈ ਪਾਰ ਬ੍ਰਹਮ ਤੇਰੇ ਜਿੱਡਾ ਵੱਡਾ ਤੂੰ ਹੀ ਹੈ ਤੇਰੇ ਵਰਗਾ ਹੋਰ ਕੋਈ ਨਹੀਂ ਇਸ ਲਈ ਨਾਨਕ ਸ਼ਰਨਾਈ ਨਾਨਕ ਜੀ ਕਹਿੰਦੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਦੇਖੋ ਦੋ ਦੋ ਪੰਕਤੀਆਂ ਦੇ ਸ਼ਲੋਕ ਹਨ ਇੱਕ ਪੌੜੀ ਵਿੱਚ ਕਿੰਨਾ ਵੱਡਾ ਉਪਦੇਸ਼ ਹੈ ਇਹਨੂੰ ਭਾਵੇਂ ਘੰਟਿਆਂ ਬੱਧੀ ਵਿਚਾਰਿਆ ਜਾਏ ਪਰ ਵਿਚਾਰਨ ਦਾ ਵੀ ਤਾਂ ਹੀ ਫਾਇਦਾ ਜੇ ਇਸ ਨੂੰ ਸੀ ਆਪਣੇ ਜਿਹਰ ਦੇ ਵਿੱਚ ਮੰਨ ਲੈਣਾ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ Oh. <laughs>